ਚਾਚੀ ਕਹਿ ਰਹੇ ਸੀ ਇੰਨੀ ਕੀ ਪੇ ਲੈ ਜਾਓ, ਫਿਰ 50 ਦੀ ਕੌਣ ਲੈ ਕੇ ਜਾਊਗਾ? ਸੂਜੀ ਭੁੰਨ ਦੀ ਥੋੜ੍ਹੀ ਜਿਹੀ ਇਹਨਾਂ ਦੱਸ ਦਿੰਦੀ ਕਿ ਬਰਾਊਨ ਕਲਰ ਆਉਣ ਤੋਂ ਫਿਰ ਇਹਨੂੰ ਬਰਾਊਨ ਕਰਦੀਆਂ ਲੈਚੀਆਂ ਤਾਂ ਮੈਂ ਪਹਿਲਾਂ ਐਡ ਕਰਦੀਆਂ ਸੀ, ਅਤੇ ਦੂਧ ਵੀ ਇੱਧਰ ਦੇ ਸਕਦੇ, ਬੋਲਾਂ ਆ ਦੇ ਸਕਦੇ ਬੱਚੇ ਇੱਦਾਂ ਦਾ ਬੋਲੀਆਂ ਨਾ, ਮੈਨੂੰ ਵੀ ਨਹੀਂ ਪਸੰਦ, ਮੈਂ ਵੀ ਨਹੀਂ ਇੱਦਾਂ ਦਾ ਪੀਂਦੀ, ਅਤੇ ਜਿਹੜਾ ਵਿੱਚ ਇੱਦਾਂ ਲੈਚੀਆਂ ਪਾ ਕੇ ਹਲਵਾ ਬਣਾ ਦੂੰਗੀ, ਉਹ ਬਹੁਤ ਸੋਹਣਾ ਬਰਫੀ ਤਰ੍ਹਾਂ ਖੋਏ ਤਰ੍ਹਾਂ ਬਣ ਜਾਂਦਾ, ਬਹੁਤ ਅੱਛਾ ਬਣਦਾ ਹੈ, ਬੱਚੇ ਖਾ ਲੈਣ, ਕਿਉਂਕਿ ਉਹ ਥੋੜ੍ਹਾ ਜਿਹਾ ਕੰਮ ਆ ਸੂਜੀ 'ਚ, ਮੈਂ ਘਿਓ ਵੀ ਪਾਉਣੀ ਹੈ, ਜਿੰਨੇ ਵੀ ਮੈਂ ਸਾਫ ਕੀਤੇ ਸੀ ਮਾਸ਼ਾਅੱਲਾ ਸਾਰੀ ਸਫਾਈ ਕਰਨ ਦੀ ਕੀਤੀ ਸੀ, ਸੋਚਿਆ ਤਾਂ ਕੋਈ ਨਹੀਂ ਕਿ ਮਾਲ ਸਾਰੇ ਖਤਮ ਹੋ ਗਏ, ਰਾਜ ਪਨੀਰ ਤੋਂ ਪਹਿਲਾਂ ਦਾ ਲਿਆਂਦਾ ਸੀ ਖਤਮ ਹੋਇਆ ਵਾ, ਸਾਰੇ ਡੱਬੇ ਵਿਹਲੇ ਹੀ ਆ, ਇਨਸ਼ਾਅੱਲਾ ਅੱਲਾ ਆਪਣੇ ਕੈਬ 'ਚ ਸਬੱਬ ਲਊਗਾ, ਇੱਕ ਢੋ ਦਾ ਪੈਕਟ ਪਾ ਲਿਆ ਸੀ ਡੱਬੇ 'ਚ, ਇੱਕ ਪਿਆ ਵਾ ਅਤੇ ਚੀਨੀ ਉੱਦਣ ਮੈਂ ਕਿਲੋ ਲੈ ਕੇ ਆਈ ਸੀ, ਅਤੇ ਤਿੰਨ ਦਾਲਾਂ ਮੈਂ ਲੈ ਕੇ ਆਈ ਸੀ ਅੱਧਾ ਅੱਧਾ ਕਿਲੋ, ਅਤੇ ਈਦ ਦੇ ਸੌਦੇ ਈਦ ਤੋਂ ਪਹਿਲਾਂ ਦੇ ਲੈਂਦੇ ਸੀ ਖਤਮ ਹੋਏ, ਅਤੇ ਸਾਰੇ ਵੀ ਆਪਣੇ ਭੈਣ ਭਾਈਆਂ ਦਾ ਕੇਸ ਕਰ ਦਿੱਤੀ ਸੀ ਦਾ ਪਿਆ ਉਮਲੀ ਵਗੈਰਾ ਤੇ ਵੀ ਦੇਖੀ, ਕਿਉਂਕਿ ਪਾਪਾ ਦੇ ਕਾਫੀ ਦਿਨ ਤੇ ਮੈਂ ਦੇਖੀ ਦੇਖਿਆ ਨਹੀਂ ਚਾਰ, ਮਾਸ਼ਾਅੱਲਾ ਬਹੁਤ ਪਿਆਰਾ ਪਿਆ, ਤੇਲ ਵੀ ਉੱਪਰ ਜੀ ਹੈ ਮਾਸ਼ਾਅੱਲਾ, ਬਹੁਤ ਅੱਛਾ ਪਿਆ ਚਾਰ, ਸੋਹਣਾ ਪਿਆ ਬਿਲਕੁਲ, ਮੈਂ ਹਲਾ ਦੇ ਨਾ ਥੋੜਾ ਲਾਇਆ ਬੇਟਾ ਮੈਂ ਸੁਬਾਹ ਲਾ, ਤੇ ਬਾਕੀਆਂ ਚਾਰ ਨੂੰ ਇੱਧਰ ਰਾਤੀਆਂ ਮਿਰਚਾਂ ਦਾ ਤਿੰਨ ਬਾਅਦ ਬੱਚੇ ਸੁਬਾਹ ਨੂੰ ਨਾਸ਼ਤੇ ਨਾਲ ਖਾਂਦੇ, ਚਾਰ ਅੰਦਰ ਬਾਕੀਆਂ ਮੈਂ ਇੱਧਰ ਰਾਤੀਆਂ ਇੱਥੋਂ ਡੱਬੇ ਚੁੱਕ ਕੇ ਸਾਰੇ ਇੱਥੇ ਗੱਲੇ 'ਚ ਸੇਵ ਕਰ ਦਿੱਤੀ ਆ ਜਗ੍ਹਾ ਤੇ ਸਾਰੇ, ਥੋੜਾ ਲੈਟ ਕਰਦੀ
ਬਾਂਟੀ ਹਰ ਹੋਰੀ ਦੇ ਜਾਂਦੇ ਖਰਾਬ ਹੀ ਕਰਨੇ ਬੱਚਿਆਂ ਨੂੰ ਮੁਫਤ ਕਰ ਦੇਣਗੇ ਪਰ ਵੀ ਤਰ੍ਹਾਂ ਬਣ ਜਾਣਾ ਬੱਚਿਆਂ ਨੇ ਖਰੇਚ ਰੱਖ ਦੂੰਗੇ ਪਰ ਠੰਡਾ ਠੰਡਾ ਇੱਕ ਤਿੰਨ ਬੱਚਿਆਂ ਨੂੰ ਬਾਂਟੀ ਸਾਡਾ ਖਿਆਲ ਰੱਖਦੇ ਨਾ ਇੱਕ ਵਾਰੀ ਦੇ ਕੇ ਗਏ ਤੇ ਫਿਰ ਹਰ ਵਾਰੀ ਦੇ ਜਾਂਦੇ ਸਾਨੂੰ ਅੱਜ ਜਦੋਂ ਉਹਨਾਂ ਦੇ ਗਾਹ ਸੁਣਦੀ ਨਾ ਦੇ ਜਾਂਦੇ ਇਵੇਂ ਮੈਂ ਵੀ ਪਸੰਦ ਕਰਦੀ ਮੈਨੂੰ ਵੀ ਇੱਦਾਂ ਸੂਜੀ ਪਾ ਕੇ ਅੱਛਾ ਲੱਗਦਾ ਹਲਵਾ ਬਣਾ ਕੇ ਉਵੇਂ ਮੈਨੂੰ ਵੀ ਨਹੀਂ ਅੱਛਾ ਲੱਗਦਾ ਇੱਦਾਂ ਦੇ ਛੁੱਟੀਆਂ ਵਾਲਾ ਬੱਚਿਆਂ ਵੀ ਨਹੀਂ ਦਿੰਦੇ ਮੈਨੂੰ ਵੀ ਨਹੀਂ ਅੱਛਾ ਲੱਗਦਾ ਇਹਦੇ 'ਚ ਮਿਹਨਤ ਹੁੰਦੀ ਥੋੜ੍ਹੀ ਜਿਹੀ ਅਤੇ ਮਾਸ਼ਾ ਅੱਲਾਹ ਬਹੁਤ ਟੇਸਟੀ ਬਣ ਜਾਂਦਾ ਹਲਵਾ ਠੰਡਾ ਹੀ ਮੌਸਮ ਪਹਿਲਾਂ ਤਾਂ ਬੱਦਲ ਆਏ ਸੀ ਹੁਣ ਥੋੜ੍ਹਾ ਸੂਰਜ ਨਿਕਲ ਗਿਆ ਅਤੇ ਥੋੜ੍ਹੀ ਥੋੜ੍ਹੀ ਗਰਮੀ ਹੋ ਗਈ ਪਹਿਲਾਂ ਬੱਦਲ ਬਣੇ ਸੀ ਫਿਰ ਵੀ ਠੰਡਾ ਮੌਸਮ ਹਵਾ ਚੱਲੀ ਜਾਂਦੀ ਅਤੇ ਕੱਦੂ ਵਾਲੀ ਮਾਸ਼ਾ ਅੱਲਾਹ ਮੈਂ ਅੱਜ ਵੇਖਿਆ ਘਰ ਦੇ ਵਿੱਚ ਬਾਹਰ ਹੀ ਨਿਕਲਦੀ ਟਿਊਸ਼ਨ ਜਾਂਦੀ ਮਸਜਿਦ ਜਾਂਦੀ ਫਿਰ ਘਰ ਹੀ ਰਹਿੰਦੀ ਮਾਸ਼ਾ ਅੱਲਾਹ ਦੇਖ ਸਕਦੇ ਕਿੰਨੇ ਕੱਦੂਆਂ ਦੇ ਵੇਲਾ ਕਿੰਨੇ ਨਾ ਆਣੇ ਮੁੰਡੇ ਉੱਤੇ ਚੜ੍ਹੇ ਆਉਣਾ ਆਹ ਦੇਖੋ ਇਹਦਾ ਮੂੰਹ ਨਾ ਇੱਥੇ ਦਿੱਕਤ ਆ ਗਿਆ ਤੁਹਾਨੂੰ ਇਹਨੂੰ ਐਵੇਂ ਬੁਲਾਵੇ ਪਾ ਕੇ ਅਤੇ ਉਹਨੇ ਬੇੜੀ ਦੇ ਉੱਤੇ ਚੜ੍ਹ ਜਾਣਾ ਨਿੰਮ ਅਤੇ ਦੇਖ ਸਕਦੇ ਇੱਧਰ ਇਹ ਬਹੁਤ ਸ਼ੁਰੂ ਹੋਈ ਆ ਅਤੇ ਆਹ ਤੋਰੀਆਂ ਆਹ ਤੋਰੀਆਂ ਦੀ ਵੀ ਇੰਨੇ ਵੀ ਉੱਤੇ ਚੜ੍ਹ ਜਾਣਾ ਆਹ ਦੇਖੋ ਇਹਦਾ ਵੀ ਮੂੰਹ ਉੱਧਰ ਆਇਆ ਹੋਇਆ ਆਹ ਤੋਰੀਆਂ ਲੱਗੀਆਂ ਹੋਈਆਂ ਆਹ ਤੋਰੀਆਂ ਦੀ ਵੇਲਾਂ ਅਤੇ ਆਹ ਕੱਦੂਆਂ ਦੀ ਅਤੇ ਇੱਧਰ ਆਂਟੀ ਨਿੰਮ ਲਾਈ ਆ ਅਤੇ ਇੱਧਰ ਪਤਾ ਨਹੀਂ ਪੱਠੇ ਕਿਸੇ ਨੇ ਬੀਜ ਤੇ ਹਮਜ਼ਾ ਪੰਗੇ ਲੈਂਦਾ ਰਹਿੰਦਾ ਛੋਟੇ ਜਿਹੇ ਉਹਨੇ ਬੀਜੇ ਆਹ ਪਤਾ ਨਹੀਂ ਕੀ ਹੈਗੀ ਸਾਡੇ ਸਕੂਲੇ ਮੈਨੂੰ ਨਾਮ ਭੁੱਲ ਗਿਆ ਅਤੇ ਆਹ ਵੀ ਪੌਦਾ ਨਿੰਮਾਂ ਵੀ ਲਾਈਆਂ ਹੋਈਆਂ ਅਤੇ ਕੱਦੂਆਂ ਦੀਆਂ ਅਤੇ ਤੋੜੀਆਂ ਦੀਆਂ ਠੰਡਾ ਮੌਸਮ ਅਤੇ ਮੰਮਾ ਨੇ ਮੈਂ ਤਾਂ ਕਮਰਾ ਸਾਫ਼ ਕਰ ਲਿਆ ਸੀ ਅਤੇ ਮੰਮਾ ਨੇ ਸਵੇਰਾ ਨੇ ਅਸੀਂ ਕੰਮ ਵੰਡ ਕੇ ਰੱਖਿਆ ਹੋਇਆ ਸੀ ਅਤੇ ਘਰ ਦੀ ਸਾਰੀ ਸਫਾਈ ਕਰ ਲਈ ਆ ਆਂਟੀ ਨੇ ਮਸ਼ੀਨ ਲਗਾਈ ਹੋਈ ਆ ਅਤੇ ਮੰਮਾ ਨੇ ਜ਼ਰਾ ਸੂਜੀ ਬਣਾ ਲਈ ਆ ਅਤੇ ਹੁਣ ਮੈਂ ਘਰ ਜਾਂਦੀ ਬਾਕੀ ਵੀਡੀਓ ਦਾ ਜਿਹੜਾ ਸੀ ਨਾ ਮੇਰੀ ਮੰਮਾ ਸ਼ੇਅਰ ਕਰੂੰਗੀ ਅੱਛਾ ਜੀ ਅਨਿਆਜ਼ ਬੋਆ ਭੁੱਲ ਗਈ ਮੈਂ ਵੀ ਮੰਮਾ ਕੋਲ ਪੁੱਛ ਕੇ ਆਈ ਮੰਮਾ ਕਹਿ ਰਹੀ ਅਨਿਆਜ਼ ਬੋਆ ਮੰਮਾ ਕਹਿ ਰਹੀ ਅਨਿਆਜ਼ ਬੋਆ ਅਤੇ ਮੰਮਾ ਕੋਲ ਪੁੱਛ ਕੇ ਆਈ ਅਨਿਆਜ਼ ਬੋਆ ਅਤੇ ਸਾਡੇ ਸਕੂਲੇ ਵੀ ਲੱਗੇ ਹੋਏ ਆ ਟੀਚਰ ਤੋੜ ਤੋੜ ਕੇ ਖਾਂਦੀਆਂ ਰਹਿੰਦੀਆਂ ਸੀ ਧੋ ਕੇ ਅਤੇ ਸਾਨੂੰ ਵੀ ਰੀਸ ਆ ਗਈ ਅਸੀਂ ਖਾਂਦੇ ਰਹੇ ਕੌੜੀ ਲੱਗਦੀ ਵੈਸੇ ਅਸੀਂ ਹੁਣ ਮੈਂ ਖਾਂਦੀ ਰਹਿੰਦੀ ਤੋੜ ਤੋੜ ਕੇ ਅਤੇ ਹੁਣ ਨਹੀਂ ਲੱਗਦੀ ਕੌੜੀ ਚੀਜ਼ਾਂ ਕਹਿੰਦੇ ਫਾਇਦੇਮੰਦ ਆ ਆਹ ਨਹੀਂ ਪਤਾ ਕਿਹੜਾ ਫਾਇਦਾ ਹੁੰਦਾ ਮੈਂ ਤੋੜ ਤੋੜ ਕੇ ਖਾਂਦੀ ਰਹਿੰਦੀ ਸਾਡੇ ਆਪਣੇ ਘਰ ਲੱਗੀ ਸਕੂਲੇ ਸਕੂਲੋਂ ਤੋੜ ਤੋੜ ਕੇ ਬਰੈਕਟ ਰੱਖ ਕੇ ਘਰ ਲਿਆਉਂਦੀ ਸੀ ਆਨੇ ਅੱਜ ਬਹੁਤ ਲੱਗੀ ਅਤੇ ਆਹ ਵਾਲਾ ਪੌਦਾ ਲੱਗਾ ਸਾਡੇ ਸਕੂਲ ਬਿਲਕੁਲ ਗੁਲਦਾਨ ਬਣਿਆ ਹੋਇਆ ਪੌਦੇ ਦਾ ਹੁਣ ਮੈਂ ਘਰ ਜਾਂਦੀ ਬਾਕੀ ਵੀਡੀਓ ਜਿਹੜਾ ਵੀ ਸ਼ੇਅਰ ਕਰ ਦਿਓ।
ਇੱਦਾਂ ਦਾ ਇਹ ਠੰਡਾ ਹੋ ਕੇ ਬਿਲਕੁਲ ਐਵੇਂ ਬਰਫੀ ਪਵਾ ਦੇ, ਬਰਫੀ ਦੀ ਸ਼ੇਪ ਕਰ ਲਵੋ, ਬਰਫੀ ਤਰ੍ਹਾਂ ਕੱਟ ਲਵੋ, ਜਿਵੇਂ ਸੋਨ ਹਲਵੇ ਤਰ੍ਹਾਂ ਹੋ ਗਿਆ ਵਾ, ਬਰਫੀ ਤਰ੍ਹਾਂ ਵੀ ਕੱਟ ਕੱਟ ਹੋ ਜਾਂਦਾ ਤੇ ਬੱਚੇ ਖੁਸ਼ ਹੋ ਕੇ ਖਾ ਲੈਂਦੇ। ਪਹਿਲਾਂ ਮੈਂ ਸਾਹਮਣੇ ਬੈਠੀ ਵੀ ਚੱਸ ਵੱਖਰੀ ਜੀ ਬੱਚੋ ਖਾ ਕੇ ਦੱਸੋ ਕਿੱਦਾਂ ਦਾ ਬਣਿਆ ਅੰਦਰ ਲੈ ਕੇ ਗਈ ਬੇਟਾ ਪੰਜ ਕਿੱਦਾਂ ਦਾ ਬਣਿਆ ਬੱਚਾ ਦੱਸੋ ਮਜ਼ੇਦਾਰ ਬਣਿਆ ਸ਼ਾਬਾਸ਼ ਬੱਚੇ ਖੁਸ਼ ਹੋ ਕੇ ਬੱਚਿਆਂ ਨੂੰ ਨਵੀਂ ਜਿਹੀ ਰੈਸਪੀ ਲੱਭ ਗਈ ਕੋਈ ਤੁਹਾਡੇ ਅੱਗੇ ਸੀ ਬੋਲਾ ਮੈਂ ਕਿਹਾ ਚੱਲ ਇੰਦਾ ਵੀ ਜਾਇਆ ਕਰਨਾ ਚੱਲ ਬੱਚਿਆਂ ਨੂੰ ਸਬਜ਼ੀ ਪਾ ਕੇ ਬਣਾ ਦਿੰਦੀ ਚਲੋ ਖਾ ਲਓ ਬੱਚੋ ਬਾਕੀ ਮੈਟਾ ਪਾਉਂਦੀ ਥੋੜਾ ਜਿਹਾ ਪਿਆ ਸੀ ਥੋੜਾ ਜਿਹਾ ਹੋਰ ਖੁੱਲਾ ਲੱਗੀ ਸਵੇਰਾ ਬੇਟੀ ਤੇਰੀ ਆਪਣੀ ਤਾਈ ਅੰਮੀ ਘਰ ਰੋਟੀਆਂ ਲਵਾਉਣ ਤੋਂ ਤੂੰ ਦੱਸੋ ਕਿਉਂਕਿ ਬਿਸਮਿਲ੍ਲਾ ਕਿਉਂਕਿ ਭਾਬੀ ਦਾ ਪ੍ਰੇਸ਼ਨ ਹੋਇਆ ਮੇਰੀ ਜਠਾਣੀ ਦਾ ਇਹਨਾਂ ਦੀ ਤਾਈ ਦਾ ਪ੍ਰੇਸ਼ਨ ਹੋਇਆ ਅੱਖ ਦਾ ਮੰਮੀ ਦੇ ਅੱਖ ਖਰਾਬ ਸੀ ਯਾਨੀ ਕਿ ਅੱਖ ਦਾ ਪ੍ਰੇਸ਼ਨ ਉਹਨੇ ਕਰਵਾਇਆ ਸਵੇਰਾ ਬੇਟੀ ਉਹਨਾਂ ਨੇ ਲੈ ਲੱਗ ਗਿਆ ਬੇਟਾ ਨਾ ਕਰ ਉਹਨਾਂ ਦੀ ਰੋਟੀ ਬਣਵਾਉਣ ਚੱਲੀ ਆ ਅਤੇ ਕਹਿੰਦੀ ਮੰਮਾ ਆਪਣੀਆਂ ਵੀ ਬਣਵਾ ਲੈਣੀ ਬੱਚਿਆਂ ਦਾ ਥੋੜ੍ਹਾ ਥੋੜ੍ਹਾ ਦਵਾ ਖਾ ਲਿਆ ਦੋ ਰੋਟੀ ਫੇਰ ਆਉਂਦਾ ਸੁਬਹਾ ਪਿਆ ਸੀ ਦੋ ਕਦਾ ਹੋਰ ਮਾਰ ਦਿੰਦੀ ਹੈ ਅਤੇ ਸਵੇਰਾ ਬੇਟੀ ਕਹਿੰਦੀ ਮੰਮਾ ਜਿੰਨੇ ਦਿਨੇ ਖਾ ਲਈ ਉਹਦੀ ਖਾ ਲੈਣ ਤਾਂ ਥੋੜ੍ਹਾ ਜਿਹਾ ਆਪਣੀਆਂ ਬਣਵਾ ਲੈਣੀ ਅਤੇ ਮੈਂ ਕਿਹਾ ਬੇਟਾ ਲਿਆ ਮੈਂ ਥੋੜ੍ਹਾ ਜਿਹਾ ਤੁਹਾਨੂੰ ਮਾਰ ਦਿੰਦੀ ਆਟਾ ਅਤੇ ਜਿੰਨੀ ਦੇਰ ਤਾਈ ਦਾ ਪ੍ਰੈਸ਼ਰ ਹੋਇਆ ਉੱਨੀ ਦੇਰ ਉਹਨਾਂ ਨੇ ਪਕਾਉਣੀਆਂ ਨਹੀਂ ਨਾ ਤਵੀ 'ਤੇ ਵੀ ਪਸੀਨਾ ਵਗੈਰਾ ਪੈਂਦਾ ਪਰਹੇਜ ਆ ਅਤੇ ਇਸ ਵਾਸਤੇ ਸਵੇਰਾ ਬੇਟੀ ਚੱਲੀ ਤੋਂ ਦੂਰ ਮੈਂ ਅੱਜ ਕਿਸੇ ਟਾਈਮ ਘਰੇ ਹਾਂ ਬੇਟਾ ਕੋਈ ਪਰਹੇਜ ਹੁੰਦਾ ਨਾ ਤੇ ਬਾਕੀ ਮੈਂ ਬੱਚਿਆਂ ਨੂੰ ਮਾਰ ਕੇ ਦਿੰਦੀ ਸਵੇਰਾ ਨੂੰ ਆਟਾ ਤਾਈ ਅੰਮੀ ਦੀਆਂ ਰੋਟੀਆਂ ਬਣਵਾ ਕੇ ਲਿਆਉਂਦੀ ਹਾਂ ਅਤੇ ਵੀਡੀਓ ਦਾ ਜਿੱਥੇ ਕਰਦੀ ਹਾਂ ਸਾਡੀ ਅੱਜ ਦੀ ਵੀਡੀਓ ਅਗਰ ਮੇਰੇ ਭੈਣ ਭਾਈਆਂ ਨੂੰ ਪਸੰਦ ਆਵੇ ਲਾਇਕ ਔਰ ਸ਼ੇਅਰ ਕਰਿਓ ਦੁਆਵਾਂ 'ਚ ਆਪਣੀ ਭੈਣ ਨੂੰ ਯਾਦ ਰੱਖਿਓ ਮੇਰੀਆਂ ਦੁਆਵਾਂ ਮੇਰੇ ਭੈਣ ਭਾਈਆਂ ਦੇ ਨਾਲ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਅੱਲਾ